ਅਦਾ ਕਰਕੇ ਮੈਂ ਬਾਈ ਮੈਂ ਤੁਹਾਡਾ ਹੀ ਫੈਨ ਹਾਂ ਬੋਹੀਮੀਆ ਬਾਈ ਦਾ ਹੀ ਫੈਨ ਹਾਂ ਮੈਂ ਠੀਕ ਹੈ ਬਾਈ ਅਤੇ ਉਹ ਮੈਨੂੰ ਗਾਣਾ ਸੁਣਾਉਣ ਲੱਗ ਗਿਆ ਤੁਹਾਡਾ ਕਹਿੰਦਾ ਮੈਂ ਰੈਪ ਕਰਕੇ ਸੁਣਾਉਣਾ ਬਾਈ ਦਾ ਮੈਂ ਕਿਹਾ ਚੱਲ ਸੁਣਾਵਾਂ ਅਤੇ ਜਦੋਂ ਸੁਣਾਉਣ ਲੱਗ ਗਿਆ ਰੈਪ ਨਾਲ ਨਾਲ ਉਹਦੇ ਮੈਂ ਗਾਉਣ ਲੱਗ ਗਿਆ ਟੋਟਲ ਜਦੋਂ ਤੱਕ ਰੈਪ ਨਹੀਂ ਮੁੱਕਿਆ ਹੈ ਨਾ ਜਿਵੇਂ ਆਪਣੇ ਪਹਾੜੇ ਨਹੀਂ ਯਾਦ ਹੁੰਦੇ ਵੀ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਨਾ ਤਿੰਨ ਹੈ ਨਾ ਉਹ ਮੈਨੂੰ ਮੈਨੂੰ ਮੇਰੇ ਯਾਨੀ ਕਿ ਮੇਰੇ ਮਾਇੰਡ 'ਚ ਵੀ ਨਹੀਂ ਸੀਗਾ ਬਾਈ ਵੀ ਮੈਨੂੰ ਯਾਦ ਹੈ ਗਾਣਾ ਉਹ ਪਰ ਜਦੋਂ ਉਹਨੇ ਸਾਰਾ ਗੁਣਗੁਣਾਇਆ ਅਸੀਂ ਟੂ ਦੀ ਪੁਆਇੰਟ ਜਿੱਥੋਂ ਤੱਕ ਗਾਣਾ ਮੁੱਕਿਆ ਨਹੀਂ ਹੈ ਨਾ ਜਿੱਥੋਂ ਤੱਕ ਯਾਨੀ ਕਿ ਐਡਲਿਬਸ ਵੀ ਨਹੀਂ ਮੁੱਕੀਆਂ ਉੱਥੋਂ ਤੱਕ ਹੀ ਸਾਰਾ ਇਕੱਠੇ ਗਾਇਆ ਦੋਨਾਂ ਨੇ ਗਾਣਾ ਯਾਨੀ ਕਿ ਕਈ ਹਾਂ ਕਈ ਚੀਜ਼ਾਂ ਹੁੰਦੀਆਂ ਵੀ ਜਿਹੜੀਆਂ ਤੁਹਾਡੇ ਮਾਇੰਡ ਦੇ ਵਿੱਚ ਘਰ ਕਰ ਜਾਂਦੇ ਅਤੇ ਮੇਰੇ ਲਈ ਹੈ ਨਾ ਇਹ ਬਹੁਤ ਵੱਡੀ ਗੱਲ ਆ ਬਾਈ ਹੈ ਨਾ ਅਤੇ ਠੀਕ ਹੈ ਕੰਮ ਕੁੰਮ ਤਾਂ ਉਹੀ ਵੱਡੇ ਛੋਟੇ ਹੋਣ ਦੀ ਹੈ ਨਾ ਮੁਕਾਮ ਬਾਈ ਵੱਡੇ ਛੋਟੇ ਬੰਦੇ ਨੂੰ ਮਿਲਦੇ ਰਹਿੰਦੇ ਨੇ ਪਰ ਜਿਹੜੇ ਬੰਦੇ ਜ਼ਿੰਦਗੀ ਦੇ ਵਿੱਚ ਥੋੜੀਆਂ ਨਿਗਾਹਾਂ ਦੇ ਵਿੱਚ ਛੋਟੇ ਹੁੰਦਿਆਂ ਤੋਂ ਵੱਡੇ ਹੁੰਦੇ ਨੇ ਨਾ ਤੇ ਉਹ ਵੱਡੇ ਹੁੰਦਿਆਂ ਵੀ ਵੱਡੀ ਰਹਿੰਦੇ ਨੇ ਹਾਂ ਤੇ ਅੱਜ ਭਰਾ ਦਾ ਸਾਡੇ ਦਾ ਬੜੱਪਣ ਹੈ ਹਨਾ ਬਾਈ ਦਾ ਬੜੱਪਣ ਹੈ ਜਿਹਨਾਂ ਨੇ ਸਾਨੂੰ ਅਸੈਪਟ ਕੀਤਾ ਹਨਾ ਤੇ ਅਸੀਂ ਗਾਣੇ ਚਲੋ ਬਾਈ ਦੇ ਵੀ ਹੁਣ ਗਾਣੇ ਹੋਰ ਬਹੁਤ ਬੰਦਿਆਂ ਨਾਲ ਆਏ ਆ ਪਰ ਵੀ ਆਪਣੇ ਲਈ ਮੇਰੇ ਲਈ ਵੀ ਗਾਣੇ ਤਾਂ ਅਸੀਂ ਸਾਡਾ ਪ੍ਰੋਫੈਸ਼ਨ ਕਰਨਾ ਕਿਉਂ ਬਾਈ ਪਰ ਇੱਕ ਤਰ੍ਹਾਂ ਦੀ ਅਟੈਚਮੈਂਟ ਹਨਾ ਜੋ ਸਾਡੀ ਗੱਲਬਾਤ ਆਪਸ ਦੇ ਵਿੱਚ ਸਾਡਾ ਯਾਨੀ ਕਿ ਸਾਡੀ ਰੂਹਦਾਰੀ ਹੈ ਉਹ ਬਹੁਤ ਜ਼ਿਆਦਾ ਹੈ ਇੱਕ ਦੂਜੇ ਨਾਲ ਹਨਾ ਅਤੇ ਵੀ ਮੈਨੂੰ ਵੀ ਇਹ ਪ੍ਰਾਊਡ ਵਾਲੀ ਗੱਲ ਹੈ ਵੀ ਅੱਜ ਅਸੀਂ ਦੋਨੇ ਇਕੱਠੇ ਲਾਏ ਹੋਏ ਹਾਂ ਸੋ ਕਿਉਂ ਰੋਕੋ ਬਾਈ ਸਹੀ ਹੈ ਬਿਲਕੁਲ ਅਲਫਾ ਟੀਵੀ ਚੈਨਲ ਪੰਜਾਬੀ ਹੁੰਦਾ ਸੀ ਅਲਫਾ ਚੈਨਲ ਖੇਤ ਬੈਠੇ ਸੀ ਮੈਂ ਉਦੋਂ ਟਿਕਟ ਤੇ ਬੈਠੇ ਨੇ ਬਿਨਾਂ ਬਿਨਾਂ ਚਲਾਈ ਗਿਆ ਸੁਣੀ ਗਿਆ ਪਰ ਯਾਨੀ ਕਿ ਹੁੰਦੇ ਨਾ ਵੀ ਕੁਛ ਇੱਕ ਇੱਕ ਐਕਸਪੈਕਟਰ ਵੱਜਦਾ ਹੁੰਦਾ ਹਰੇਕ ਗਾਣੇ ਚ ਉਹ ਪੈਸਾ ਨਸ਼ਾ ਪਿਆਰ ਤੋਂ ਲੈ ਕੇ ਯਾਨੀ ਕਿ ਹੁਣ ਤੱਕ ਦੀਆਂ ਐਲਬਮਾਂ ਦੇ ਵਿੱਚ ਭਾਈਰੀਆਂ 'ਚ ਸਾਰਾ ਸਾਰੇ ਹੈਗਾ ਉਹ ਤਾਂ ਕਰਕੇ ਫਿਰ ਉਹ ਯਾਨੀ ਕਿ ਤੁਹਾਨੂੰ ਉਸ ਯਾਨੀ ਕਿ ਉਸ ਏਰਾ 'ਚ ਲੈ ਜਾਂਦਾ ਪੁਰਾਣੇ 'ਚ ਖਿੱਚ ਕੇ ਜਦੋਂ ਵੀ ਜਿਹੜੀ ਜਿਹੜੀ ਮੇਨ ਵੈਸਟ ਕੋਸਟ ਵਾਈਬ ਆ ਬਾਈ ਇੱਕ ਇੱਕ ਜਿਹੜੇ ਹੁੰਦੇ ਨੇ ਜਿਹੜੇ ਪਿੱਛੇ ਪਿਆਨੋ ਵੱਜਦੇ ਹੁੰਦੇ ਸਟ੍ਰਿੰਗਸ ਵੱਜਦੇ ਹੁੰਦੇ ਉਹ ਯਾਨੀ ਕਿ ਮੋਸਟਲੀ ਉਹ ਮੈਂ ਜੀ ਉਹ ਮੇਰੇ ਹੱਥ ਦੇ ਮੋਸਟਲੀ ਟ੍ਰੈਕਸ 'ਚ ਵੱਜਨੇ ਸਾਰਾ ਗਾਣਾ ਤਾਂ ਸਾਡਾ ਆਲਮੋਸਟ ਪਹਿਲਾਂ ਵੀ ਤੁਸੀਂ ਸੁਣੀ ਲਿਆ ਲੀਕ ਲੂਕ ਬਹੁਤ ਕੁਛ ਹੁੰਦਾ ਤੁਹਾਨੂੰ ਪਤਾ ਹੈ ਨਾ ਵੀ ਮੇਰੇ ਗਾਣੇ ਤਾਂ ਸਾਰੇ ਏਦਾਂ ਹੀ ਹੋ ਜਾਂਦੇ ਨੇ ਫਾਈਵ ਕਲਾਸ ਚ ਸੀ ਰਾਈਟ ਤੁਸੀਂ ਫਾਈਵ ਇਅਰਸ ਜੀ ਕਿੱਥੇ ਸੀ ਤੁਸੀਂ ਮਤਲਬ ਲੋਕੇਸ਼ਨ ਕੀ ਸੀ ਮੈਂ ਬਈ ਪਿੰਡ ਸੀਗਾ ਜੀ ਜਿਹੜਾ ਆਪਣੇ ਹਾਂ ਘਰੇ ਟੀਵੀ ਜਿਹੜਾ ਆਪਣਾ ਮੇਨ ਟੀਵੀ ਉਹ ਨਾ ਡਿਸ਼ਾਂ ਹੁੰਦੀਆਂ ਸੀ ਵੱਡੀਆਂ ਆਪਣੇ ਜਿਵੇਂ ਟੋਕਰੇ ਜੇ ਨਹੀਂ ਹੁੰਦੇ ਜਿਹੜੇ ਲੱਗੇ ਹੁੰਦੇ ਟੀਵੀ ਜਿਵੇਂ ਵੱਡੀਆਂ ਡਿਸ਼ਸ ਹਾਂ ਜੀ ਉਵੇਂ ਬਹੁਤ ਵਧੀਆ ਹੁੰਦੀਆਂ ਸੀ ਹਾਂ ਜੀ ਅਲਫਾ ਐਮ ਐਚ ਵੱਲੋ ਦੋ ਤਿੰਨ ਹੀ ਚੈਨਲ ਜੇ ਪੰਜਾਬੀ ਚੱਲਦੇ ਤੁਸੀਂ ਉਦੋਂ ਫਿਰ ਜਦੋਂ ਮੈਂ
ਪਲੱਸ 1 ਦੇ ਵਿੱਚ ਹੋਇਆ ਉਦੋਂ ਆਏ ਸੀ ਦਾ ਰੈਪ ਸਟਾਰ ਤੇ ਦਾ ਰੈਪ ਸਟਾਰ ਜਦੋਂ ਸਾਰੀ ਐਲਬਮ ਸੁਣੀ ਉਹ ਚ ਗਾਣਾ ਸੀਗਾ ਦੀਵਾਨਾ ਪਲੱਸ 1 ਇਜ਼ ਵਾਟ 11th 11th ਯਾਰ 11th ਯਾਰ ਵੀ ਰਾਈਟ ਤੇ ਇੱਕ ਉਹਦੇ ਚ ਗਾਣਾ ਸੀਗਾ ਜਿਹੜਾ ਮੈਨੂੰ ਦੇ ਦੇ ਸਹਾਰਾ ਸਹਾਰਾ ਲੱਭਦੇ ਆਪਾਂ ਡੁੱਬਦੇ ਕਿਨਾਰਾ ਕਿਨਾਰਾ ਲੱਭਦੇ ਉਹ ਗਾਣੇ ਇੱਕ ਬੰਪ ਇਨ ਮਾਈ ਸੌਂਗ ਕਈ ਗਾਣੇ ਸੀਗੇ ਜਿਹੜੇ ਯਾਨੀ ਕਿ ਉਹ ਐਲਬਮ ਤੋਂ ਬਾਅਦ ਯਾਨੀ ਕਿ ਦਾ ਰੈਪ ਸਟਾਰ ਯਾਨੀ ਕਿ ਐਲਬਮ ਉਹਦੇ ਨੂੰ ਕੰਪਿਊਟਰ ਵੀ ਆ ਗਏ ਸਾਡੇ ਕੋਲ ਫੋਨ ਵੀ ਆ ਗਏ ਸੀ ਸਾਰਾ ਕੁਛ ਤੇ ਫਿਰ ਉਹ ਫੋਨ ਦੇ ਵਿੱਚ ਯਾਨੀ ਕਿ ਡਾਊਨਲੋਡ ਡਾਊਨਲੋਡ ਉਦੋਂ ਡਾਊਨਲੋਡਿੰਗ ਦੀ ਆਪਸ਼ਨ ਆ ਗਈ ਸੀ ਆਪਣੇ ਕੋਲ ਫਿਰ ਉਹ ਐਲਬਮ ਸਾਰੀਆਂ ਸੁਣੀਆਂ ਫਿਰ ਉਦੋਂ ਬਾਅਦ ਪੈਸਾ ਨਸ਼ਾ ਪਿਆ ਜਿਹੜੀ ਡਾਊਨਲੋਡ ਫਿਰ ਵਿੱਚ ਪਰਦੇਸਾਂ ਦੇ ਯਾਨੀ ਕਿ ਇੱਕ ਆਪਾਂ ਐਲਬਮ ਨਹੀਂ ਸੁਣ ਲੈਂਦੇ ਹੁੰਦੇ ਵੀ ਹਾਂ ਐਲਬਮ ਘੈਂਟ ਵੀ ਪਿਛਲੀਆਂ ਐਲਬਮਾਂ ਕਿਹੜੀਆਂ ਆਈਆਂ ਤੇ ਉਹ ਫਿਰ ਸਾਰੀਆਂ ਸੁਣੀਆਂ ਐਕਸਪਲੋਰ ਕੀਤਾ ਉਹ ਤੋਂ ਬਾਅਦ ਯਾਨੀ ਕਿ ਨਾਲ ਨਾਲ ਭਾਈ ਮੈਨੂੰ ਐਵੇਂ ਹੁੰਦਾ ਸੀਗਾ ਵੀ ਯਾਨੀ ਕਿ ਜਿਹੜਾ ਇੱਕ ਪੰਜਾਬੀ ਢੋਲ ਵਾਲਾ ਮਿਊਜ਼ਿਕ ਨਹੀਂ ਹੁੰਦਾ ਸੀ ਉਦੋਂ ਬੰਦੇ ਐਂ ਹੁੰਦੇ ਸੀ ਵੀ ਸੇਮ ਸੇਮ ਆਈ ਜਾਂਦਾ ਸੇਮ ਸੇਮ ਇਹ ਬਿਲਕੁਲ ਡਿਫਰੈਂਟ ਸੀ ਉਹਦੇ ਤੋਂ ਸਾਰਾ ਕੁਛ ਸਭ ਤੋਂ ਅਲੱਗ ਗੱਲ ਪਤਾ ਕੀ ਸੀ ਹੁਣ ਕੋਈ ਵੀ ਬੰਦਾ ਲਿਖਦਾ ਹੁਣ ਮੈਂ ਵੀ ਕਈ ਵਾਰੀ ਆਪਦੇ ਜ਼ੋਨ ਦੇ ਵਿੱਚੋਂ ਬਾਹਰ ਹੋ ਕੇ ਲਿਖਣ ਦੀਆਂ ਚੀਜ਼ਾਂ ਦੀ ਕੋਸ਼ਿਸ਼ ਕਰਦੇ ਹਾਂ ਮੈਂ ਕਿਤੋਂ ਤੱਕ ਲਿਖ ਜਾਂਦਾ ਕਈ ਚੀਜ਼ਾਂ ਤੋਂ ਮੈਂ ਵੀ ਮੁੜ ਜਾਂਦਾ ਜਦੋਂ ਬਾਈ ਉਹਨਾਂ ਦੇ ਗਾਣੇ ਆ ਰਹੇ ਸੀਗੇ ਨਾ ਬਾਈ ਉਹਨੇ ਵੀ ਯਾਨੀ ਕਿ ਜਮੀ ਨਰੋਲ ਰੋ ਹਨਾ ਵੀ ਜੇ ਗਾਲ ਵੀ ਕੱਢਣੀ ਹੈ ਜੇ ਕਹਿਣਾ ਵੀ ਹੈ ਮੈਂ ਕੁਛ ਕਰਦਾ ਮੈਂ ਆਹ ਕੀਤਾ ਮੈਂ ਉਹ ਕੀਤਾ ਤਾਂ ਉਹ ਯਾਨੀ ਕਿ ਬੰਦਾ ਸੋਚਦਾ ਯਾਰ ਬਾਈ ਸਿੱਧਾ ਹੀ ਕਹੀ ਜਾਂਦਾ ਬੰਦਾ ਭੰਗ ਪੀ ਕੇ ਹਨਾ ਸਾਰੀਆਂ ਚੀਜ਼ਾਂ ਸਾਰਾ ਕੁਛ ਅਲੱਗ ਮਿਊਜ਼ਿਕ ਉਹ ਇੱਕ ਵਾਹਿਦ ਹੈ ਜਿਹੜਾ ਸਦਾ ਚੇਂਜ ਹੁੰਦਾ ਰਹਿੰਦਾ ਕਿਉਂ ਕਿਉਂਕਿ ਉਹਦੀ ਅਟੈਚਮੈਂਟ ਜ਼ਮਾਨੇ ਨਾਲ ਹੈ ਉਹਦੀ ਰੈਪ ਦੀ ਪ੍ਰੈਫਰੈਂਸ ਦੌਰ ਕੀ ਹੈ ਜ਼ਮਾਨਾ ਕੀ ਹੈ ਮੈਂ ਉਹ ਹਾਂ ਰੈਪ ਹੈ ਕਹਿੰਦਾ ਜਦ ਕਲਾਸੀਕਲ ਮਿਊਜ਼ਿਕ ਲੈ ਲਓ ਜਦ ਤੁਸੀਂ ਗਜ਼ਲ ਕਵਾਲੀ ਮਿਲੋ ਉਹ ਆਪਣਾ ਫਲਸਫਾ ਹੈ ਆਪਣਾ ਰਾਈਟ ਐਂਡ ਰੋਂਗ ਹੈ ਜਿਹੜਾ ਕਿ ਸਦੀਆਂ ਤੋਂ ਹੀ ਤੁਰਕੀ ਬਾਹਰ ਹੋ ਗਏ ਤਾਰ ਹੋ ਗਏ ਤੁਸੀਂ ਕਲਾਸੀਕਲ ਮਿਊਜ਼ਿਕ ਤੋਂ ਬਾਹਰ ਹੋ ਗਏ ਜਦਕਿ ਰੈਪ ਵਿੱਚ ਬੰਦਿਸ਼ ਨਹੀਂ ਜਿਹੜੀ ਇਹ ਦੌਰ ਗਲਤ ਹੈ ਤੇ ਫਿਰ ਰੈਪ ਮਿਊਜ਼ਿਕ ਗਲਤ ਹੈ ਸਹੀ ਹੈ ਜਿਹੜਾ ਟੌਪਿਕ ਹੈ ਰਿਐਲਿਟੀ ਹੁਣ ਮੈਂ ਉਹ ਗੱਲ ਸੱਚ ਛੁਪਾਵਾਂ ਲਿਖਨੇ ਆ ਮੈਂ ਉਹ ਤੋਂ ਬਾਹਰ ਆਈ ਹੈਵ ਟੂ ਬੀ ਰੀਅਲ ਆਈ ਹੈਵ ਟੂ ਉਹ ਤੋਂ ਗਲਤ ਹੈ ਗਲਤਾ ਠੀਕ ਆ ਉਹ ਗੱਲ ਨਹੀਂ ਜੀ ਟੂ ਪੈਸਾ ਮੈਂ ਨਾ ਬਾਈ ਇੱਕ ਚੀਜ਼ ਐਜ਼ ਆ ਯਾਨੀ ਕਿ ਅਸੀਂ ਮੈਂ ਨਾ ਸੋਚਦਾ ਹੁੰਦਾ ਸੀਗਾ ਵੀ ਜਿਵੇਂ ਪੈਸਾ ਨਸ਼ਾ ਪਿਆਰ ਆਈ ਦਾ ਰੈਪ ਸਟਾਰ ਆਈ ਹਨਾ ਉਹਨਾਂ ਦੇ ਵਿੱਚ ਯਾਨੀ ਕਿ ਸੀਗਾ ਨਹੀਂ ਮੈਂ ਕਹਿੰਦਾ ਵੀ 19-21 ਦਾ ਫਰਕ ਸੀ ਮਿਊਜ਼ਿਕ ਵਾਈਜ਼ ਵਾਈਬ ਵਾਈਜ਼ ਹਨਾ ਫਿਰ 1000 ਥੌਟਸ ਆਈ ਮਿਲੇ ਸੀ ਮਾਂ ਬਾਈ ਵੀ ਤੁਸੀਂ ਕੱਪੜੇ ਨਾ ਜੋ ਪਹਿਲਾਂ ਪਾਉਂਦੇ ਸੀ ਤੁਸੀਂ ਕਦੇ ਉਹ ਪਾਇਓ ਹਨਾ ਵੀ ਹਾਂ ਵੀ ਕਦੇ ਸਾਨੂੰ ਵੀ ਅਸੀਂ ਵੀ ਜੋ ਅਸੀਂ 2005 ਦੇ ਵਿੱਚ ਅਸੀਂ ਤੁਹਾਨੂੰ ਦੇਖਦੇ ਹੁੰਦੇ ਸੀ ਵੀ ਅਸੀਂ ਉਵੇਂ ਦੇਖਣਾ ਚਾਹੁੰਦੇ ਹਾਂ ਵੀ ਉਵੇਂ ਹਨਾ
ਮੈਂ ਉਸ ਤੋਂ ਬਾਅਦ ਯਾਨੀ ਕਿ ਬਈ ਮੈਂ ਹੁਣ ਪਿਛਲੇ ਸਾਲ ਯਾਨੀ ਕਿ ਆਪ ਜਦੋਂ ਇਸ ਚੀਜ਼ ਦੇ ਪ੍ਰੋਫੈਸ਼ਨ ਚ ਆਉਂਦੇ ਆ ਨਾ ਵੀ ਬੰਦੇ ਦਾ ਮਾਈਂਡ ਸੈਟ ਚੇਂਜ ਹੁੰਦਾ ਰਹਿੰਦਾ ਟਾਈਮ ਦੇ ਅਕੋਰਡਿੰਗ ਹਨਾ ਮਾਈਂਡ ਸੈਟ ਨਾਲ ਮਿਊਜ਼ਿਕ ਦੇ ਜਿਹੜੇ ਸਾਊਂਡ ਹੁੰਦੇ ਨੇ ਉਹ ਵੀ ਚੇਂਜ ਹੋਣੇ ਜ਼ਰੂਰੀ ਨੇ ਹਨਾ ਜੋ ਤੁਹਾਡਾ ਯਾਨੀ ਕਿ 5 ਸਾਲ ਪਹਿਲਾਂ ਮਾਈਂਡ ਸੈਟ ਸੀ ਉਹ ਹੁਣ ਨਹੀਂ ਹੋਣਾ ਜਿਨ੍ਹਾਂ ਚੀਜ਼ਾਂ ਤੇ ਆਪਾਂ ਨੂੰ ਪਹਿਲਾਂ ਗੁੱਸਾ ਚੜ੍ਹਦਾ ਸੀ ਹੁਣ ਆਪਾਂ ਉਹਨਾਂ ਤੇ ਹੱਸਦੇ ਆ ਵੀ ਇਹ ਕੀ ਹੈ ਯਾਰ ਹਨਾ ਜੀ ਵੀ ਜਦੋਂ ਕੋਈ ਆਪਾਂ ਨੂੰ ਕੋਈ 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 ਤੁਸੀਂ ਜਿਵੇਂ ਪਹਿਲਾਂ ਗਾਣਿਆਂ ਦੇ ਵਿੱਚ ਆਪਾਂ ਮੈਂ ਗੱਲ ਕਰਦਾ ਹੁੰਦਾ ਸੀ ਵੀ ਐਂ ਆ ਯਾਰ ਫਲਾਨਾ ਫਲਾ ਐਂ ਬੋਲਦਾ ਇਹਨੂੰ ਦੇਖਾਂਗੇ ਫਲਾਨਾ ਪਰ ਹੁਣ ਜਾ ਕੇ ਉਹਨਾਂ ਤੇ ਮਜ਼ਾਕ ਤਰਸ ਆਉਂਦਾ ਵੀ ਤੁਸੀਂ ਕਿਉਂ ਹਨਾ ਐਵੇਂ ਕਰ ਰਹੇ ਹੋ ਹਨਾ ਯਾ ਸੋ ਮੈਂ ਕਿਹਾ ਵੀ ਹੁਣ ਮੈਂ ਬਈ ਆਪਣੀ ਆਪਾਂ ਐਲਬਮ ਕੀਤੀ ਹੈ ਮੂਸ ਟੇਪ ਕੀਤੀ ਹਨਾ ਮੈਂ ਉਸੇ ਨੂੰ ਯਾਨੀ ਕਿ ਮੈਂ ਕੱਲ੍ਹ ਸਕਾਲਨ ਬੋਨਸ ਸੁਣ ਰਿਹਾ ਸੀ ਮੈਂ ਕਿਹਾ ਵੀ ਟਾਈਮ ਦੇ ਅਕੋਰਡਿੰਗ ਬੰਦੇ ਦਾ ਮਾਈਂਡ ਸੈਟ ਤੇ ਮਾਈਂਡ ਸੈਟ ਦੇ ਅਕੋਰਡਿੰਗ ਬੰਦੇ ਦਾ ਮਿਊਜ਼ਿਕ ਤੇ ਸਾਊਂਡ ਚੇਂਜ ਹੁੰਦਾ ਹੀ ਹੁੰਦਾ ਇਹਨੂੰ ਕੋਈ ਨਹੀਂ ਰੋਕ ਸਕਦਾ ਪੈਸਾ ਨਸ਼ਾ ਪੈਰ ਵੇਲੇ ਸੀ ਜਾਂ PVX1 ਵੇਲੇ ਸੀ ਉਹਨੂੰ ਮਾਈਂਡ ਸੈਟ ਨਹੀਂ ਹੈਗਾ ਹੁਣ ਕੁਛ ਆਪਾਂ ਹੋਰ ਚੀਜ਼ਾਂ ਸੋਚ ਰਹੇ ਹਾਂ ਹੋਰ ਤਰੀਕੇ ਨਾਲ ਐਕਸਪਲੋਰ ਕਰ ਰਹੇ ਹਾਂ ਮੈਨੂੰ ਉਹ ਚੀਜ਼ਾਂ ਮੈਨੂੰ ਵੀ ਹੁਣ ਪਤਾ ਲੱਗ ਰਹੀਆਂ ਵੀ ਹਨਾ ਵੀ ਇਹ ਬੰਦੇ ਦੇ ਤਰੀਕੇ ਟਾਈਮ ਟਾਈਮ ਦੇ ਨਾਲ ਚੀਜ਼ਾਂ ਬਦਲਣੀਆਂ ਜ਼ਰੂਰੀ ਨੇ ਹਨਾ ਹੁਣ ਉਸ ਉਹੀ ਗੱਲਾਂ ਤੋਂ ਆਪਾਂ ਟੋਕਨੇ ਆ ਲੋਕਾਂ ਨੂੰ ਓਏ ਆ ਪਹਿਲਾ ਕਾ ਇਸ ਇਹ ਇੱਕ ਡੂਡ ਹੈ ਹਨਾ ਭਾਈ ਐਂਡ ਮੈਂ ਬੈਕ ਹੋਈ ਉਹ ਗੱਲਾਂ ਚੇਤੇ ਆਂਦੀਆਂ ਕਿ ਭਾਈ ਆਪਣਾ ਜਿਹੜਾ ਇੱਕ ਦੌਰ ਸੀ ਜੀ 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 ਮੈਂ ਜਦੋਂ ਆਪਣਾ ਗਾਣਾ ਨਹੀਂ ਸੀ ਉਹਦੇ ਚ ਇੱਕ ਲਾਈਨ ਆਈ ਜਿਹਦੇ ਚ ਕਿਹਾ ਸੀਗਾ ਵੀ ਵੀ ਬਚਪਨਾ ਰਿਪੀਟ ਕਰਨ ਤੁਸੀਂ ਕਿਹਾ ਸੀ ਵੀ ਜਦੋਂ ਆਪਾਂ ਹੁਣ ਉਹ ਦੇਖਦੇ ਹਾਂ ਦੁਬਾਰੇ ਹੁਣ ਚਲੋ ਕੋਈ ਵੀ ਬੰਦਾ ਜੇ ਆਪਣੇ ਵਾਂਗੂ ਕੁਛ ਕਰ ਰਿਹਾ ਤਾਂ ਉਹਦਾ ਮਤਲਬ ਵੀ ਉਹ ਇੰਸਪਾਇਰਡ ਹੈ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਕਾਪੀ ਕਰ ਰਿਹਾ ਪਰ ਕਿਤੇ ਨਾ ਕਿਤੇ ਆਪਾਂ ਨੂੰ ਇਹ ਲੱਗਦਾ ਵੀ ਯਾਰ ਇਹ ਗਲਤ ਹੈ ਨਾ ਕਰੋ ਹਨਾ ਤੁਸੀਂ ਕਰਕੇ ਦੇਖ ਲਿਆ ਸਾਰਾ ਕੁਛ ਇਹਨਾਂ ਕੰਮਾਂ 'ਚ ਕੋਈ ਦਖਲ ਨਹੀਂ ਹੈਗਾ ਹਨਾ ਵੀ ਮਿਊਜ਼ਿਕ ਇਹਨੂੰ ਮਿਊਜ਼ਿਕ ਦੀ ਤਰ੍ਹਾਂ ਤਰੀਕੇ ਨਾਲ ਉਹਨੂੰ ਗਰੋ ਕਰੋ ਹਨਾ ਉਸ ਚੀਜ਼ ਨੂੰ ਸੋ ਵੀ ਉਹ ਚੀਜ਼ਾਂ ਯਾਨੀ ਕਿ ਹੌਲੀ 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 ਬੰਦਾ ਜਦੋਂ ਮਾਈਂਡ ਸੈਟ ਚੇਂਜ ਹੋਈ ਜਾਂਦਾ ਹੋਈ ਜਾਂਦਾ ਹੋਈ ਜਾਂਦਾ ਬੰਦਾ ਦੱਸਦਾ ਵੀ ਨਹੀਂ ਯਾਰ ਇਹ ਰਿਐਲਿਟੀ ਨਹੀਂ ਹੈਗੀ ਆਹ ਰਿਐਲਿਟੀ ਹੈ ਹਨਾ ਸੋ ਵੀ ਪਰ ਉਹ ਲੋਕ ਯਾਨੀ ਕਿ ਜਿਹੜਾ ਐਜ਼ ਆ ਆਡੀਅੰਸ ਉਹ ਸਮਝਣ ਨੂੰ ਵੀ ਟਾਈਮ ਲੱਗ ਜਾਂਦਾ ਜਿੰਨਾ ਚਿਰ ਉਹ ਆਪਣੇ ਆਪ ਦੇ ਆਪ 'ਚ ਨਹੀਂ ਬੀਤਦੀ ਸਹੀ ਗੱਲ ਹਾਂ ਉਹ ਉਹੀ ਲਾਈਫ ਆ ਰਾਈਟ ਦੈਟ ਹਾਂ ਯਾਰ ਜੇ ਆਪਾਂ ਉਹੀ ਜੇ ਆਪਾਂ ਮੰਨ ਲਓ ਵੀ ਉਸੇ ਜਗ੍ਹਾ ਤੇ ਉਸੇ ਮੁਕਾਮ ਤੇ ਉਹੀ ਚੀਜ਼ ਤੇ ਖੜੇ ਵੀ ਰਹਿ ਗਏ ਫਿਰ ਉਹ ਫਿਰ ਯਾਨੀ ਕਿ ਉਹ ਕਹਿੰਦੇ ਹੁੰਦੇ ਵੀ ਖੜਾ ਹੋਇਆ ਪਾਣੀ ਵੀ ਸੜ ਜਾਂਦਾ ਹੈ ਨਾ ਸੋ ਵੀ ਕੀ ਪਾਣਾ ਮੂਵਿੰਗ ਜਾਂ ਚੇਂਜ ਹੁੰਦੇ ਰਹਿਣਾ ਚਾਹੀਦਾ ਇਹ 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 ਚੀਜ਼ਾਂ ਵੀ ਜ਼ਰੂਰੀ ਨੇ ਬਟ ਸੱਚੀ ਚ ਬ੍ਰੋ ਆ ਗੱਲਾਂ ਰੱਬ ਵੱਲੋਂ ਡਿਸਾਈਡ ਹੁੰਦੀਆਂ ਮੈਂ ਤੇ ਸਟਾਰਟ ਕੀਤਾ ਕਾਫੀ ਜੀ ਜੀ 2001 ਇਸ ਵੇਲੇ ਜਿਹੜੇ ਜਿਸ ਤਰੀਕੇ ਮੈਨੂੰ ਕੋਈ ਵੈਲਿਊ ਕੰਪਲੀਟਲੀ ਮੇਰੇ ਕੰਟਰੋਲ ਚੋਂ ਬਾਹਰ ਹੋਈ ਹੈ ਗੱਲ ਯੂਜ਼ ਕੀਤਾ ਹੈਪੀ ਬਿਕੋਜ਼ ਉਸ ਵੇਲੇ ਕੁਛ ਵੀ ਨਹੀਂ ਸੀ ਉਸ ਵੇਲੇ ਅਸਲ ਚ ਪ੍ਰੋਬਲਮ ਸੀ ਕਿ ਮੈਨੂੰ ਕੋਈ ਜੋਬ ਨਹੀਂ ਸੀ ਮੇਰੇ ਕੋਲ ਕੋਈ ਹੋਮਲੈਸ ਸੀਗਾ ਮੈਂ ਉਮੀਦ ਸੀ ਕਿ ਲੋਕਾਂ ਨੂੰ ਪਸੰਦ ਆਣ ਗੀਤ ਕੋਈ ਵੀ ਗੀਤ ਹੈ ਕੋਈ ਵੀ ਸਿਰਜਣਾ ਕੁਛ ਵੀ ਹੈ ਹਾਲਾਤ ਚੋਂ ਨਿਕਲਦੀ ਹੈ ਜਦੋਂ ਜਦੋਂ ਬੰਦਾ ਕੰਫਰਟੇਬਿਲਟੀ ਜ਼ੋਨ ਦੇ ਵਿੱਚ ਹੁੰਦਾ ਤਾਂ ਉਹਦੀ ਕ੍ਰੀਏਟੀਵਿਟੀ ਵੀ ਮੁੱਕ ਜਾਂਦੀ ਹੈ ਤੇ ਮੈਨੂੰ ਕਦੇ ਅਸੀਂ ਇਹ ਵੀ ਸੋਚਦੇ ਹੁੰਦੇ ਸੀ ਵੀ ਯਾਰ ਅਲੱਗ ਕਾਹਤੋਂ ਰਹਿਣਾ ਪੈਂਦਾ ਜਦੋਂ ਆਪਾਂ ਬਹੁਤੇ ਬੰਦਿਆਂ ਨਾਲ ਬਹੁਤੇ ਕਲਾਕਾਰਾਂ ਨਾਲ ਮੀਟਿੰਗਾਂ 'ਚ ਵੀ ਬੈਠਣ ਲੱਗ ਜਾਂਦੇ ਬਈ ਉਹ ਵੀ ਕੰਮ ਖਰਾਬ ਹੀ ਹੁੰਦਾ ਜੀ ਹਨਾ ਉਹ ਵੀ ਤੁਹਾਡੀ ਕ੍ਰੀਏਟੀਵਿਟੀ ਉਹ ਲੈਵਲ ਦੀ ਰਹਿੰਦਾ
ਡਿਫਰੈਂਸ ਯਾਨੀ ਕਿ ਜਦੋਂ ਆਪਾਂ ਇੱਕੋ ਜਿਹੇ ਹੋ ਜਾਂਦੇ ਫਿਰ ਬੰਦਾ ਕਹਿੰਦਾ ਵੀ ਯਾਰ ਹਨਾ ਵੀ ਮੇਰੇ ਤੇ ਇਹਨਾਂ ਦੇ ਵਿੱਚ ਕੋਈ ਫਰਕ ਹੀ ਰਿਹਾ, ਜਦ ਕਿ ਇਹ ਚੀਜ਼ ਜ਼ਰੂਰੀ ਹੈ। ਇੱਕ ਯਾਨੀ ਕਿ ਜਿਹੜਾ ਉਹ ਇੱਕ ਗਾਣਾ ਸੀਗਾ ਰੂਹ ਹਨਾ, ਵੀ ਉਹ ਕਿੰਨੀ ਨੈਕਸਟ ਲੈਵਲ ਚੀਜ਼ ਸੀ ਹਨਾ, ਵੀ ਉਹ ਟਾਈਮ ਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਯਾਨੀ ਕਿ ਹੋਈਆਂ ਹਨਾ। ਤੇ ਅੱਜ ਅਸੀਂ ਉਹ ਸਾਰੇ ਸੁਣਦੇ ਸੁਣਦੇ ਹਨਾ, ਕੋਲੇ ਕੋਲੇ ਟਾਈਮ ਚ ਸੁਣਦੇ ਲੜਦੇ। ਤੇ ਮੈਨੂੰ ਕਈ ਵਾਰੀ ਮੇਰੇ ਨਾਲ ਅਸੀਂ ਕੋਲੇ ਹੁੰਦੇ ਬਈ ਤੇ ਮੁੰਡੇ ਮੈਨੂੰ, ਹੁਣ ਅਸੀਂ ਸਿਰਫ ਤਿੰਨ ਚਾਰ ਜਾਣੇ ਸੀਗੇ ਅਸੀਂ ਜਿਹੜੇ ਮੇਰੇ ਪਿੰਡ ਦੇ ਮੁੰਡੇ ਸੀ, ਅਸੀਂ ਸਾਰੇ ਸੁਣਦੇ ਸੀ। ਤੇ ਜਦੋਂ ਅਸੀਂ ਹੋਸਟਲ ਗਾਣੇ ਗੁਣੇ ਲਾ ਲੈਣੇ ਤੇ ਸਾਨੂੰ ਦੂਜੇ ਕਹਿੰਦੇ ਯਾਰ ਕੀ ਚੱਲੀ ਜਾਂਦਾ, ਸਾਨੂੰ ਸਮਝ ਤਾਂ ਆਉਂਦਾ ਨੀ ਕੌਣ ਹੈ ਹਨਾ, ਕਿਉਂਕਿ ਉਹ ਯਾਨੀ ਕਿ ਜਿਹੜੀ ਮੇਨ ਜਿਹੜੇ ਪੰਜਾਬੀ ਮਿਊਜ਼ਿਕ ਸੁਣਨ ਵਾਲੇ ਹੁੰਦੇ ਸੀ ਉਹਨਾਂ ਨੂੰ ਯਾਨੀ ਕਿ ਇੰਨਾ ਯਾਨੀ ਕਿ ਪਤਾ ਨਹੀਂ ਹੁੰਦਾ ਸੀ, ਪਤਾ ਨਹੀਂ ਕਿ ਅਸੀਂ ਕਹਿੰਦੇ ਵੀ ਐਂ ਕਰਕੇ ਫਿਰ ਸਾਰੀਆਂ ਫੋਟੋਆਂ ਕਢਾ ਕੇ ਮੇਰੀ ਯਾਨੀ ਕਿ ਜੇ ਤੁਸੀਂ ਫੇਸਬੁੱਕ ਹੁਣ ਵੀ ਦੇਖੋਗੇ ਤੁਹਾਡੀਆਂ ਫੋਟੋਆਂ ਫੋਟੋਆਂ ਉੱਥੇ ਪਈਆਂ, ਸਟੇਟਸ ਲਿਖੇ ਉਵੇਂ ਜਿਵੇਂ ਜਿਹੜੀਆਂ ਵਰਸਸ ਪਈਆਂ ਹਨ। ਵੀ ਯਾਨੀ ਕਿ ਉਦੋਂ ਅਸੀਂ ਸੁਣਦੇ ਹੁੰਦੇ ਤੇ ਲੋਕ ਸਾਨੂੰ ਕਹਿੰਦੇ ਹੁੰਦੇ ਵੀ ਯਾਰ ਇਹ ਕੀ ਚਲਾ ਰੱਖਿਆ ਤੁਸੀਂ, ਵੀ ਕੀ ਹੈ ਇਹ। ਫਿਰ ਉਦੋਂ ਬਾਅਦ ਯਾਨੀ ਕਿ ਡਿਗਰੀ ਹੁੰਦੇ ਹੁੰਦੀ ਬਈ, ਡਿਗਰੀ ਮੇਰੀ ਸਟਾਰਟ ਹੋਈ ਡਿਗਰੀ 2012 ਦੇ ਵਿੱਚ, ਯਾਨੀ ਕਿ 16 ਤੱਕ ਸਭ ਨੂੰ ਪਤਾ ਲੱਗ ਗਿਆ ਵੀ ਇਹ ਹੈ ਕੀ ਹੈ ਕੀ ਨਹੀਂ। ਉਦੋਂ ਬਾਅਦ ਫਿਰ ਹੋਰ ਵੀ ਬੰਦੇ ਆਏ ਰੈਪ ਕਰਨ ਵਾਲੇ ਹਨਾ, ਸੋ ਯਾਨੀ ਕਿ ਹੁਣ ਤਾਂ ਸਾਰੇ ਕਰ ਰਹੇ ਨੇ ਯਾਰ, ਅੱਜ ਕੱਲ੍ਹ ਰੈਪ ਕਰ ਰਹੇ ਸਾਰਾ ਕੁਛ ਹਨਾ। ਵੀ ਉਦੋਂ ਉਦੋਂ ਵੀ ਹੁਣ ਸਾਰਿਆਂ ਨੂੰ ਐਕਸਪਲੋਰ ਹੋ ਗਈ ਵੀ ਇਹ ਚੀਜ਼ ਹੈ ਕੀ ਹੈ। ਹੁਣ ਹਿੰਦੀ 'ਚ ਵੀ ਰੈਪ ਆ ਗਿਆ, ਪੰਜਾਬੀ 'ਚ ਵੀ ਆ ਗਿਆ, ਮੁੰਡੇ ਇੰਗਲਿਸ਼ 'ਚ ਵੀ ਕਰੀ ਜਾਂਦੇ ਆਪਣੇ ਪੰਜਾਬ ਤੋਂ ਹਨਾ। ਸੋ ਵੀ ਉਦੋਂ ਉਹਨਾਂ ਚੀਜ਼ਾਂ 'ਚ ਮੈਨੂੰ ਐਂ ਲੱਗਦਾ ਵੀ ਉਦੋਂ ਉਹ ਚੀਜ਼ਾਂ ਨਵੀਆਂ ਸੀਗੀਆਂ ਹਨਾ। ਅਤੇ ਵੀ ਇੱਕ ਇੱਕ ਐਕਸਪੈਕਟਰ ਮਿਊਜ਼ਿਕ ਹੁੰਦਾ ਸ਼ਾਇਦ ਉਸੇ ਚੀਜ਼ ਨੇ ਵੀ ਆਪਾਂ ਨੂੰ ਕਨੈਕਟ ਕੀਤਾ ਵੀ ਹਨਾ, ਘੁੰਮ ਘੁੰਮਾ ਕੇ ਕਿਵੇਂ ਜਾ ਕਿਵੇਂ ਹਨਾ। ਵੀ ਜਿਵੇਂ ਹੁਣ ਤੁਸੀਂ ਕਿੱਥੋਂ ਨੇ ਹੋ ਨਾ ਬਈ, ਕਿੱਥੇ ਤੁਸੀਂ ਰਹਿ ਰਹੇ ਹੋ, ਤੁਹਾਡਾ ਮੁਕਾਮ ਕੀ ਹੈ, ਮੈਂ ਕਿੱਥੋਂ ਆਇਆ, ਘੁੰਮ ਘੁੰਮਾ ਕੇ ਕਾਲਜਾਂ ਕੁਲਜਾਂ 'ਚ ਪੜ੍ਹਦਾ ਪੁੜਦਾ ਪੁੜਦਾ ਮੈਨੂੰ ਪਤਾ ਲੱਗਿਆ ਹਨਾ। ਵੀ ਇਹ ਚੀਜ਼ਾਂ ਯਾਨੀ ਕਿ ਇੱਕ ਤਰ੍ਹਾਂ ਦਾ ਮਿਰੈਕਲ ਹੀ ਹੁੰਦੀਆਂ, ਚਮਤਕਾਰ ਹੀ ਹੁੰਦੀਆਂ ਨੇ ਵੀ ਜੇ ਆਪਾਂ ਕਿਸੇ ਬੰਦੇ ਨੂੰ ਸੁਣਿਆ ਹਨਾ। ਹੁਣ ਮੈਂ ਕਦੇ ਕਿਸੇ ਕੋਲੇ ਗੱਲ ਨਹੀਂ ਕੀਤੀ ਅੱਜ ਤੱਕ ਵੀ, ਜਾਂ ਮੈਂ ਕਿੰਨੇ ਗਾਣੇ ਸੁਣੇ, ਜਾਂ ਤਾਂ ਉਹ ਮੇਰੇ ਜਿਹੜੇ ਮੇਰੇ ਨਾਲ ਸਕੂਲ ਪੜ੍ਹੇ ਨੇ ਕਾਲਜ ਪੜ੍ਹੇ ਨੇ ਉਹਨਾਂ ਨੂੰ ਪਤਾ। ਈਵਨ ਮੈਂ ਸੋਸ਼ਲ ਮੀਡੀਆ 'ਤੇ ਵੀ ਅੱਜ ਯਾਨੀ ਕਿ ਸਾਹਮਣੇ ਤੁਹਾਡੇ ਨਾਲ ਸਾਹਮਣੇ ਬੈਠ ਕੇ ਆਪਾਂ ਗੱਲ ਕਰ ਰਹੇ ਹਾਂ, ਅੱਜ ਦੱਸ ਰਿਹਾ ਵੀ ਹਨਾ, ਵੀ ਜੇ ਕਿਸੇ ਚੀਜ਼ ਨੂੰ ਤੁਹਾਡੀ ਪਾਉਣ ਦੀ ਇੱਛਾ ਹੁੰਦੀ ਹੈ ਤਾਂ ਉਹ ਘੁੰਮ ਘੁਮਾ ਕੇ ਹਨਾ, ਵੀ ਯੂਨੀਵਰਸ ਵੀ ਉਹਦੀ ਹੈਲਪ ਕਰਦਾ ਉਸ ਚੀਜ਼ ਲਈ ਹਨਾ। ਚਾਹੇ ਅੱਜ ਆਪਾਂ ਇਕੱਠੇ ਬੈਠੇ ਹਾਂ ਗਾਣਾ ਕਰ ਰਹੇ ਹਾਂ ਬਈ ਹਨਾ, ਵੀ ਉਹ ਡਜ਼ਨਟ ਮੈਟਰ। ਵੀ ਕਿਤੇ ਨਾ ਕਿਤੇ ਮੇਰੀ ਭੂਆ ਦਾ ਬੇਟਾ ਸੀ ਮਨਪ੍ਰੀਤ ਰੋਮਾਣਾ, ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਗੱਲ ਦੱਸੀ ਹੈ। ਹਾਂਜੀ। ਤੇ ਉਹ ਹੁਣ ਰਾਈਟ ਨਾਓ ਆਸਟ੍ਰੇਲੀਆ 'ਚ ਹੈ, ਉਹ ਵੀ ਬਹੁਤ ਸੁਣਦਾ ਜੀ ਤੁਹਾਨੂੰ। ਤੇ ਉਹ ਤੁਹਾਨੂੰ ਇੱਕ ਦਿਨ ਪਤਾ ਨਹੀਂ ਬੈਂਗਲੋਰ ਗਿਆ, ਪਤਾ ਨਹੀਂ ਕਿੱਥੇ ਤੁਹਾਡਾ ਸ਼ੋਅ ਸੀਗਾ, ਗੁੜਗਾਉਂ ਸੀ ਸ਼ੋਅ ਸ਼ਾਇਦ ਤੁਹਾਡਾ। ਤੇ ਉਹ ਗੁੜਗਾਉਂ ਗਿਆ ਮਿਲਣ ਤੁਹਾਨੂੰ, ਤੇ ਮਿਲਣ ਖਾਤਰ ਉਹਨੇ ਮੈਨੂੰ ਲੱਗਦਾ ਵੀ ਘੱਟੋ ਘੱਟ 6-7 ਘੰਟੇ ਵੇਟ ਕੀਤੀ, ਫਿਰ ਤੁਸੀਂ ਉਹਨੂੰ ਮਿਲੇ ਵੀ, ਫੋਟੋ ਵੀ ਕਰਵਾਈ ਹਨਾ। ਸੋ ਮੈਨੂੰ ਉਹਨੇ ਆ ਕੇ ਫੋਟੋ ਦਿਖਾਈ, ਮੈਨੂੰ ਕਹਿੰਦਾ ਮਾਂ ਯਾਰ ਤੂੰ ਮੈਨੂੰ ਦੱਸਣਾ ਸੀ, ਕਹਿੰਦਾ ਬ੍ਰੋ ਬਹੁਤ ਦੂਰਦਾਰ ਸੀ ਉਹਦਾ, ਛੋਟੇ ਵੀ ਬਹੁਤ ਹੁੰਦੇ ਸੀ ਹਨਾ। ਵੀ ਉਹ ਕਈ ਵਾਰੀ ਹੁਣ ਜਦੋਂ ਉਹ ਚੀਜ਼ਾਂ ਸੋਚਦੇ ਆ ਨਾ, ਵੀ ਜਿਵੇਂ ਉਹਨੇ ਕਿੰਨੀ ਮਿਹਨਤ ਕਰਕੇ ਵਿਚਾਰਾ ਗੜਗਾਉਂਗਾ, ਚਲੋ ਉਹਦੇ ਪੇਰੈਂਟਸ ਨੇ ਇਜਾਜ਼ਤ ਦਿੱਤੀ ਹਨਾ ਸਰ, ਉਹ ਤੁਹਾਨੂੰ ਮਿਲ ਲਿਆ ਹਨਾ। ਵੀ ਪਰ ਵੀ ਸਾਡੀ ਤਾਂ ਇੱਕ ਤਰ੍ਹਾਂ ਦੀ ਯਾਨੀ ਕਿ ਮੈਂ ਸੀਗਾ ਵੀ ਮੈਨੂੰ ਤਾਂ ਇਹੀ ਸੀਗਾ ਵੀ ਚੱਲ ਮਿਊਜ਼ਿਕ ਕਰਨਾ, ਵੀ ਆਪਾਂ ਨੂੰ ਮਿਊਜ਼ਿਕ ਪਸੰਦ ਹੈ ਹਨਾ, ਸੁਣਦੇ ਰਹਿਣਾ। ਪਰ ਕੋਈ ਵੀ ਚੀਜ਼ ਨੂੰ ਤੁਸੀਂ ਐਡਮਾਇਰ ਕਰਦੇ ਹੋ ਜਾਂ ਕੋਈ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਸੋਚੀ ਹੁੰਦੀ ਹੈ ਤਾਂ ਉਹਨੂੰ ਘੁੰਮ ਘੁੰਮਾ ਕੇ ਯਾਨੀ ਕਿ ਸਾਰਾ ਯੂਨੀਵਰਸ ਲੱਗ ਜਾਂਦਾ ਉਸ ਚੀਜ਼ ਨੂੰ ਬਣਾਉਣ ਦੇ ਲਈ। ਹਾਂ, ਮੈਂ 2 ਸਾਲ ਪਹਿਲਾਂ ਭਾਜੀ ਮੈਂ ਨਾ ਕਦੇ ਮੈਨੂੰ ਯਾਨੀ ਕਿ ਮੈਂ ਜਿਵੇਂ ਤੁਹਾਡੇ ਗਾਣੇ ਸੁਣੇ ਹਨਾ, ਮੈਂ ਡਰੇਕ ਵੀ ਬਹੁਤ ਯਾਨੀ ਕਿ ਸੁਣਿਆ ਹਨਾ ਹਨਾ, ਸਟਾਰਟ ਫਰੋਮ ਦਾ ਬੋਟਮ। ਇੱਕ ਮੈਂ ਟੋਰੋਂਟੋ ਰਿਹਾ ਹਨਾ, ਤੇ ਵੀ ਅਟੈਚਮੈਂਟ ਨਹੀਂ ਹੋ ਜਾਂਦੀ ਉਸ ਚੀਜ਼ ਦੀ ਵੀ ਯਾਰ ਉਹ ਬੰਦਾ ਟੋਰੋਂਟੋ ਨੂੰ ਰੀਪ੍ਰਜੈਂਟ ਕਰ ਰਿਹਾ ਹਨਾ, ਵੀ ਚੱਲ ਆਪਾਂ ਵੀ ਇੱਥੇ ਟੋਰੋਂਟੋ ਹੀ ਰਹਿੰਦੇ ਹਾਂ ਪਰ ਆਪਾਂ ਹੈਗੇ ਪੰਜਾਬੀ ਆ, ਵੀ ਆਪਾਂ ਵੀ ਕਿਤੇ ਨਾ ਕਦੇ ਹਨਾ। ਮੈਨੂੰ ਇਹ ਯੈਸ ਫੀਲਿੰਗ ਹੁੰਦੀ ਸੀ ਦਿਮਾਗ ਦੇ ਵਿੱਚ ਵੀ ਯਾਰ ਕਿਤੇ ਨਾ ਕਿਤੇ ਉਹਨੂੰ ਮੇਰੇ ਬਾਰੇ ਪਤਾ ਹੈ ਜਾਂ ਮੈਨੂੰ ਹਨਾ, ਵੀ ਮੈਨੂੰ ਇਹ ਲੱਗਦਾ ਹੁੰਦਾ ਸੀ। ਤੇ ਮੈਨੂੂੰ ਕਈ ਬੰਦੇ ਸਾਡੇ ਵਿੱਚ ਵਿਚਾਲੇ ਕਨੈਕਸ਼ਨ ਹੁੰਦੇ ਸੀ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਸੀਗਾ ਵੀ ਐਂ ਕਰਕੇ ਵੀ ਯਾਰ ਡਰੇਕ ਨੂੰ ਤੇਰੇ ਬਾਰੇ ਪਤਾ, ਉਹ ਤੇਰਾ ਮਿਊਜ਼ਿਕ ਦੇਖਦਾ ਵੀ ਹੈ ਸੁਣਦਾ ਵੀ ਹੈ। ਮੈਨੂੰ ਮੈਨੂੰ ਐਂ ਲੱਗਦਾ ਮੈਂ ਵੀ ਠੀਕ ਆ ਯਾਰ ਵੀ ਹੋ ਸਕਦਾ ਵੀ, ਮੈਨੂੰ ਯਕੀਨ ਨਹੀਂ ਆਇਆ। ਤੇ ਮੈਂ ਸਾਲ ਕੁ ਪਹਿਲਾਂ ਨਾ ਮੈਂ ਉਹੀ ਮਹਾਂ ਯਾਰ ਕੋਈ ਦਿੱਕਤ ਨਹੀਂ ਅਗਲੇ ਸਾਲ। ਤੇ ਮੈਨੂੰ ਜਦੋਂ ਮੈਂ ਫੋਲੋ ਕੀਤਾ, ਮੈਂ ਵਾਲੀਬਾਲ ਖੇਡ ਰਿਹਾ ਸੀ ਭਾਈ ਪਿੰਡ ਦੀ, ਤੇ ਮੈਨੂੰ ਸਾਰੇ ਜਿੰਨੇ ਆਸੇ ਪਾਸੇ ਖੜੇ ਨਾ ਕਿੱਡ ਹੋਣੀ ਕਿੱਡ ਮਿਊਜ਼ਿਕ ਪ੍ਰੋਡਿਊਸਰ ਹੈ ਜਿਹੜਾ ਆਪਣਾ ਕਿੱਡ ਵਰਗਿਆ ਸੀ ਹਨਾ, ਮੈਂ ਕੀ ਗੱਲ ਹੋ ਗਈ, ਕਹਿੰਦੇ ਕੁਛ ਨਹੀਂ ਬਈ ਉਹ ਆਪਸ 'ਚ ਗੱਲ ਸੀ ਤੁਸੀਂ ਖੇਡੋ। ਜਦੋਂ ਮੈਂ ਘਰੇ ਆਇਆ ਤੇ ਮੈਨੂੰ ਨਾ ਉਹਨੇ ਫੋਨ ਕੱਢ ਕੇ ਮੈਂ ਫੋਨ ਦਿਖਾ ਤਾ ਜੀ, ਮੈਨੂੰ ਉਦਣ ਯਕੀਨ ਹੋਇਆ, ਮੈਨੂੰ ਉਦਣ ਤਾਂ ਜਮੀ ਡੈਡਲੀ ਯਕੀਨ ਹੋ ਗਿਆ ਵੀ ਜੇ ਤੁਸੀਂ ਕਿਸੇ ਚੀਜ਼ ਬਾਰੇ ਸੋਚਦੇ ਹੋ, ਉਸ ਚੀਜ਼ ਨੂੰ ਪਸੰਦ ਕਰਦੇ ਹੋ ਜਾਂ ਤੁਹਾਡੀ ਕਿਤੇ ਨਾ ਕਿਤੇ ਇੱਛਾ ਹੁੰਦੀ ਹੈ ਤੇ ਤੁਹਾਡੀ ਟਰੂਲੀ ਡੈਡੀਕੇਸ਼ਨ ਹੁੰਦੀ ਹੈ ਤਾਂ ਤੁਸੀਂ ਜ਼ਰੂਰ ਪਹੁੰਚਦੇ ਹੋ ਉਸ ਚੀਜ਼ ਤੱਕ। ਜੇ ਤੁਹਾਡੀ ਡੈਡੀਕੇਸ਼ਨ ਹੈ ਤੇ ਫਿਰ ਨੇਚਰ ਗੁਲਾਮ ਹੋ ਜਾਂਦੀ। ਹਾਂ ਇਹ ਚੀਜ਼ ਹੈ,
ਜੇ ਤੁਸੀਂ ਹਾਂ ਤੁਸੀਂ ਐਫਰਟ ਵੀ ਕਰਨ ਲੱਗ ਗਏ ਵੀ ਯਾਰ ਮੈਂ ਉਹ ਚਾਹੇ ਕੋਈ ਰਸਤਾ ਨਾ ਹੋਵੇ ਤੁਹਾਡੇ ਸਾਹਮਣੇ ਮੈਂ ਉਹ ਬੰਦੇ ਤੱਕ ਪਹੁੰਚਣਾ ਪਤਾ ਹੀ ਨਹੀਂ ਕਿਤੋਂ ਨਾ ਕਿਤੋਂ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਸਕਦਾ ਪਰ ਉਹ ਕਿਵੇਂ ਨਾ ਕਿਵੇਂ ਕਰਕੇ ਲੈ ਜਾਂਦਾ ਹੁਣ ਆਪਣੇ ਵਿਚਾਲੇ ਬਾਈ ਕਿੰਨੇ ਕੁ ਬੰਦੇ ਸੀਗੇ ਕੋਈ ਬੰਦਾ ਨਹੀਂ ਸੀ ਨਾ ਕਦੇ ਕੋਈ ਆਪਣੀ ਕੋਈ ਫੋਨ ਤੇ ਲਿੰਕ ਅਪ ਜਾਂ ਕੋਈ ਨਾ ਆਪਾਂ ਇੱਕ ਦੂਜੇ ਨੂੰ ਤਰੀਕੇ ਨਾਲ ਅਪਰੋਚ ਕੀਤਾ ਵੀ ਬਾਈ ਆਪਾਂ ਗਾਣਾ ਕਰਦਾ ਨਾ ਤੁਸੀਂ ਕਦੇ ਮੈਨੂੰ ਕਿਹਾ ਨਾ ਮੈਂ ਤੁਹਾਨੂੰ ਕਦੇ ਕਿਹਾ ਪਰ ਉਹ ਯਾਨੀ ਕਿ ਕਦੇ ਵੀ ਨਹੀਂ ਹੋਇਆ ਬਾਈ ਜਿਵੇਂ ਆਪਾਂ ਕਹਿੰਦੇ ਨਾ ਇਨਕੁਆਇਰੀ ਨੰਬਰ ਤੇ ਬਾਈ ਵਰਸ ਲੈਣੀ ਹੈ ਕਿ ਲੋਕ ਜਿਵੇਂ ਆਪਾਂ ਬਿਜ਼ਨਸ ਕਰਦੇ ਹਾਂ ਬਾਈ ਹਨਾ ਮੇਰੇ ਕੋਲ ਵੀ ਬਹੁਤ ਲੋਕ ਆਉਂਦੇ ਨੇ ਤੁਹਾਡੇ ਕੋਲ ਵੀ ਮੈਥੋਂ ਜ਼ਿਆਦਾ ਆਉਂਦੇ ਨੇ ਹਨਾ ਸੋ ਵੀ ਉਹ ਯਾਨੀ ਕਿ ਉਹ ਚੀਜ਼ ਨਹੀਂ ਹੁੰਦੀ ਹੈਗੀ ਮੈਂ ਪਰਸੋਂ ਵੀ ਲਾਈਵ ਹੋਇਆ ਸੀ ਮੈਂ ਕਿਹਾ ਯਾਰ ਵੀ ਇੱਕ ਇੱਕ ਤਰੀਕੇ ਨਾਲ ਹੈ ਮੈਂ ਕਿਹਾ ਵੀ ਕੋਈ ਵੀ ਬੰਦਾ ਕੰਮ ਕਰਦਾ ਹੁਣ ਮੈਂ ਕੰਮ ਕਰ ਰਿਹਾ ਮੈਂ ਕਿਹਾ ਮੈਂ ਅੱਜ ਯਾਨੀ ਕਿ ਕਹਿ ਰਿਹਾ ਵੀ ਮੈਂ ਰੋਡੀ ਰਿਚ ਨੂੰ ਗਾਣੇ 'ਚ ਲੈਣਾ ਮੈਂ ਉਹਨੂੰ ਪੇ ਕਰਾਂ ਪੈਸੇ ਲੈ ਕੇ ਮੈਂ ਕਿਹਾ ਵੀ ਉਹ ਕੋਲੈਬੋਰੇਸ਼ਨ ਨਹੀਂ ਹੁੰਦੀ ਉਹ ਕੋਲੈਬੋਰੇਸ਼ਨ ਨਹੀਂ ਹੁੰਦੀ ਉਹ ਤਾਂ ਯਾਨੀ ਕਿ ਤੁਸੀਂ ਇੱਕ ਵਰਸ ਖਰੀਦ ਲਈ ਖਰੀਦ ਕੇ ਉਹਨੇ ਆਪਦਾ ਜੋਬ ਕਰਤੀ ਕੋਲੈਬੋਰੇਸ਼ਨ ਮੀਨਸ ਤੁਸੀਂ ਇੱਕ ਤਰੀਕੇ ਨਾਲ ਅਟੈਚ ਹੁੰਦੇ ਹੋ ਦੋ ਕਲਚਰਸ ਨੂੰ ਅਟੈਚ ਕਰਦੇ ਹੋ ਉਹ ਤੁਹਾਨੂੰ ਤੁਹਾਡੇ ਕਲਚਰ ਨੂੰ ਫੀਲ ਕਰਦਾ ਤੇ ਤੁਸੀਂ ਉਹਦੇ ਨੂੰ ਕਰਦੇ ਹੋ ਫੀਲ ਜੀ ਅੰਡਰਸਟੈਂਡਿੰਗ ਹੋਵੇ ਤੋ ਪਰ ਵੀ ਉਵੇਂ ਨਹੀਂ ਹੋਇਆ ਆਪਣਾ ਹਨਾ ਕਿਵੇਂ ਨਾ ਕਿਵੇਂ ਆਪਾਂ ਕਨੈਕਟ ਹੋਏ ਹੌਲੀ ਹੌਲੀ ਗੱਲਬਾਤ ਹੋਈ ਕਿੰਨਾ ਟਾਈਮ ਡਿਲੇ ਹੋਇਆ ਫੇਰ ਗਾਣਾ ਹੋਇਆ ਹਨਾ ਸੇਮ ਬੀਫ ਨੂੰ ਆਪਾਂ ਇੱਕ ਡੇਢ ਸਾਲ ਬਾਅਦ ਕੀਤਾ ਬਈ ਉਦੋਂ ਬਾਅਦ ਉਹ ਸ਼ੂਟ ਹੋਇਆ ਮਸਾਂ ਕਿਵੇਂ ਨਾ ਕਿਵੇਂ ਕਰਕੇ ਵੀ ਉਹ ਹੌਲੀ 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 ਬੰਦੇ ਦਾ ਯਾਨੀ ਕਿ ਉਹ ਆਪੇ ਸਿਸਟਮ ਹੁੰਦਾ ਹੁੰਦਾ ਤੇ ਉਹ ਜਿਹੜੀ ਚੀਜ਼ ਆਪੇ ਹੁੰਦੀ ਹੈ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਨਿਕਲਦਾ 100% ਬਾਕੀ ਤਾਂ ਗਿਆ ਹਾਂਜੀ ਅੱਜ ਬਈ ਮੈਂ we are super proud of you let's talk about you now ek punjabi industry ka loha manwana sh as itni purti nal itni tezi nal ode ch you're super humble theek hai na like I've seen you live a lot I've hung out with you in studio ji ji so it's beautiful like you English chick word of well weathered so you're turning into a weather ek jada jahaz hun it gayi but it would no fly kar rahe to first class to tusi shot le sakde tusi bahar bas tabhi hai barish plane nu kuch nahi ho raha oh ji cover do ji dekho So that's yeah. called well it has no problem yeah. with weather key. So you turn it into yeah. a well weather part your concern is now it's like a avalanche but the bola jada pahad ko ji ji chota ja hunda itna bada hunda ji can display anything in front of it ji so that's something I'm really proud of you bro and mere walon ki dua hai ki ek mere ko less than I all these words that you're saying ki tusi mere music na utto kuch hasil kita ji dekho any good things ji but a good student knows that everyone's a team ji so that's you know who are your mind hai udeli everything is a teacher ji hasil kar liya ji ek banda mind us direction ch nahi hai udeli bohemian lyrics rakh do ya josh bhi rakh do te aage unnu ne ji sahi hai oh bande bhi hai ge ji there's you you got inspired by me and like me but aaj di rate ch tusi tere level to hoge ji yes way bigger than where main top ek apne jehde you're way big you're way big it's good I think I'm a that energy wo energy ke wo pakistan touch at least ji god it's cute and you give it's not music is this not music for aaj di duniya ke ek
हावी है जी, दिल्ली बीमारी भी हावी जी, ऑल काइंड्स ऑफ इंडस्ट्री भी हावी, लाइक इवन मैं, मेरा जो एक्सपीरियंस रहा है वो यू नो आई एम नॉट टू हैप्पी विद हाउ द बिजनेस जी, इतने रैपर आए मैं समझता मेरे भी ब्यूटीफुल रैपर उर्दू रैपर जी, क्या भी रैपर जी, बट हेयर कट के बैक के क्या जी, अच्छा यस जी जी, देखो जी बंदा काला जी, ड्रग कैसी हो बेचारा जी, फिर एल्बम लॉन्च नमस्ते जी जी, बस जेज जी वो फिर उधर म्यूजिक लॉन्च करते हैं तू हेल्प कर दे लेबल ब्रो, इयर्स लेटर लेबल डेफ जैम मेक्स जेजी द प्रेसिडेंट ऑफ द कंपनी जी, जड़ा कंपनी च आया सी एज अ ड्रग डीलर गैंगस्टर रैपर जी, डेफ जैम ने कहा नहीं यू बी आर प्रेसिडेंट जी जी, that's the level of I think ke oh main jado young se ga main bhi companies ko bhi mind leke gaya you know I'm mainu chance do and I want to run kal nu kahoge ki mere you run the company ho sakta ho nahi hai nahi aega oh man I learned it the hard way main ja ke kya I can do your job aur unhone kaha acha you're going to do my job that's it sahi hai mere baad bhi main kehna artist hai ge so I personally we love you, I'm a big fan of you and next main sare nu dassya ke how a song hoya aaj kal koi plan nahi hai isi recording ho gayi ji, anytime in future bro you need anything from me in any capacity as a artist as a banda main hazir hoon, I'm happy to support you. Thank you bro, me means a lot brother, tusi बहुत सही गल कही है, अपने आसे पासे एनवायरमेंट नहीं है वो, पर बाबे की कृपा नाल आने वाले 5-6 साल यही एनवायरमेंट होगा, इतने चीजा बदल रही ने पर होर भी बदलनी है ना, तुसी अपने टाइम दे विच तुसी लेवल ते कम किया हूँ सारे आर्टिस्टा ने अज आपदे लेवल ले है ना, जो यानी कि साडे सीनियर्स ने यानी कि एक्सपीरियंस किया हूँ जिहड़े साडे वर्गे ने एक्सपीरियंस नहीं कर रहे है ना, क्योंकि आपके सीनियर्स देख के थोड़ू देख के अभी सीखे भी आह चीजा करनी आह चीजा नहीं करनी है अज, यानी कि मेरा अपना लेवल मैं 2019 स्टार्ट किया अबाउट मैं लगता हूँ 9 मिलियन के नेड़े तेड़े चल गया है ना, तो एल्बम कंप्लीट होंगे होंगे मैं लगता 12-13 जिन्ना भी हो गया है ना, तो भी एक साढ़े को सारे आर्टिस्ट को आपके प्लेटफॉर्म ने है ना, भी असी हौली 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 आपके यानी कि जेडे आपके सीनियर से है ना अभी सीखी आने, तो मैं लग रहा भी कितना कितने एनवायरमेंट आऊगा ते yeah. सारा ओके होगा पंजाबी इंडस्ट्री का भी ते yes. पंजाबी म्यूजिक सीन का भी है ना, जो हम चल रहा चलो छोटिया छोटिया चीजा चल रही है, अपने सारे चो एक बंदा भी कोई अगे लंघ गया भाई उन्हें सारा सैट कर देना, क्या बात है, मैनू ये लगता है चाहे वो चाहे कोई भी हो चाहे मैं हो चाहे वो कोई होर हो वे, एक इंस्पीरेशन ही होंगी है भाई हूँ right. कोई भी किसी की इंस्पीरेशन बन सकता टाइम के अकॉर्डिंग, बाकी साडा ही गाना आ रहा मेरा बाई का गाना थोड़ा सारे पता 12:04 ऑलरेडी आ गया होना, रूपो भाई देखो आया ए जब भैया हम लोगों ने सॉन्ग एंजॉय करन हां ते अपन रेडी पूरी गलबात बाद च करेंगे, मेरा बड़ा भरा है ते बहुत कुछ सीखया भाई तो हुन ते आज भाई ना काम भी कीता ते परमात्मा की दुआ करदे हां तुसी हमेशा हंसदे बसदे रहो सारे जिन्ने भी सानू सपोर्ट करदे हो स्पेशली भाई थैंक यू वेरी मच फॉर एवरीथिंग, छेती आउने अमरीका ते फिर अपन कोई ना कुछ करदे नवा बनाउने भाई है ना, कम थ्रू वी आर वेटिंग फॉर यू बस आ जाना ब्रो मैं इसे मंथ ही, बाकी सारे जने अपना ख्याल रखियो वीर ते भाई सत श्री अकाल जी, ते सारे जने सुनियो एक बारी जो भी थोड़ी क्रिटिसिज्म है जो भी कुछ भी हैगा तुहानू दसो एटलीस्ट ते असीं बेस्ट चीज लेके आवांगे अग्गे भी ठीक है जी। Thank you.
ਜੋ ਵੀ ਕੁਝ ਵੀ ਹੈਗਾ ਤੁਹਾਨੂੰ ਦੱਸੋ ਐਟਲੀਸਟ ਤੇ ਅਸੀਂ ਬੈਸਟ ਚੀਜ਼ ਲੈ ਕੇ ਆਵਾਂਗੇ ਅੱਗੇ ਵੀ ਠੀਕ ਹੈ ਜੀ ਮੈਂ ਜੋ ਵੀ ਕੁਝ ਵੀ ਹੈਗਾ ਤੁਹਾਨੂੰ ਦੱਸੋ ਐਟਲੀਸਟ ਤੇ ਅਸੀਂ ਬੈਸਟ ਚੀਜ਼ ਲੈ ਕੇ ਆਵਾਂਗੇ ਅੱਗੇ ਵੀ ਠੀਕ ਹੈ ਜੀ।